ਸਾਹਮਣੇ ਰਾਏਪੁਰ ਦੀ ਟੂਮ ਜੀ ਟੀਮ ਜੀ ਨਾਲ ਜੱਸਾ ਰੈਸਰ, ਦੂਜੇ ਪਾਸੇ ਟੀਮ ਦਾਨੇ ਵਾਲੇ ਦੀ ਜਸ਼ਨ ਖੇਡਦਾ ਕੰਦੂ ਖੇਡ ਵਾਲਾ ਮੁੰਡਾ ਵੀਰੇ। ਉਧਰ ਸਾਡੀ ਜ਼ਿੰਦਗੀ ਦਾ ਬਹੁਤ ਕਰਾਂ ਵੀਰ ਆ, ਪੰਡੀ ਸਰਪੰਚ ਭਰਾ ਸਾਡਾ, ਉਹ ਵੀਰ ਵੀ ਲਾਈਵ ਜੁੜਿਆ। ਅੱਜ ਤਪੇ ਦੇ ਵਿੱਚ ਵੀ ਲੀਗ ਖੇਡੀ ਗਈ, ਪਰ ਸਾਹਮਣੇ ਮੈਂ ਵੇਖਦਾ ਵੀ ਬਾਲ ਜਿਹੜੀ ਆਊਟ ਆ ਨਵੀਨ ਬੁੱਧ ਸਿੰਘ ਬਾਜਵਾ ਕੈਨੇਡਾ, ਸਾਡੀ ਜ਼ਿੰਦਗੀ ਦਾ ਬੜਾ ਸਤਿਕਾਰਯੋਗ ਬੜਾ ਪਿਆਰਾ ਵੀਰ ਆ, ਉਹ ਵੀਰ ਵੀ ਲਾਈਵ ਜੁੜਿਆ। ਮੈਂ ਤੇ ਦਿਲੋਂ ਧੰਨਵਾਦ ਕਰਦਾ ਸਾਡੇ ਵੀਰ ਦਾ ਕਿ ਵਿਛੜੀਆਂ ਸੱਜਣਾਂ ਦੀ ਆਉਂਦੀ ਮਹਿਕ ਹਵਾ ਚੋਂ ਰਹਿੰਦੀ, ਆ ਝੋਰਾ ਬਣ ਖਾ ਜਾਂਦੀ ਕਿਸੇ ਦੀ, ਚਲੋ ਮਹਿਕ ਦੀ ਮਹਿੰਦੀ ਇੱਥੇ ਰੱਖ ਆ ਕਹਿੰਦੇ ਮੇਰੇ ਮਿੱਤਰੋਂ ਤਾਊ ਹੈ ਖੇਡ ਗਰਾਊਂਡ ਦੇ ਅੰਦਰ, ਮੁੰਡਾ ਹਰ ਰਾਏਪੁਰ ਦੀ ਧਰਤੀ ਦਾ ਗਵਾਂਢੀ ਪਿੰਡਾਂ ਨਾਲ ਹੁੰਦਾ ਮੇਰੇ ਮਿੱਤਰ, ਸਾਹਿਬੇ ਕਲਾਮ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਸ਼ੁਭ ਧਰਤੀ ਆ ਖੇਡਦੇ ਗਰਾਊਂਡ ਦੇ ਅੰਦਰ। ਮੈਚ ਕਹਿੰਦੇ ਫਾਈਨਲ ਖੇਡਿਆ ਜਾ ਰਿਹਾ ਅੱਜ ਦੇ ਇਸ ਵੱਡੇ ਮੇਲੇ ਦਾ, ਅਮਰਗੜ੍ਹ ਦੀ ਧਰਤੀ ਹੈ ਵੀ ਅਮਰਗੜ੍ਹ ਪਿੰਡ ਦੇ ਮੁੰਡੇ ਵੇਖ ਲਓ, ਆਹ ਮੁੰਡੇ ਸ਼ਾਕ ਪਕਾਉਂਦੇ ਆ, ਦਸਾਂ ਦਹਾਂ ਦੀ ਕਿਰਤ ਕਮਾਈ ਇਹ ਖੇਡਾਂ ਉੱਤੇ ਲਾਉਂਦੇ ਆ, ਵੀ ਖਰੇ ਖੋਟੇ ਦੀ ਪਰਖ ਇਹਨਾਂ ਨੂੰ ਤੇ ਕਰਦੇ ਕਰ ਟਣਕਾ ਕੇ ਰਾਜੇ ਕਹਿੰਦੇ ਸੱਜੇ ਸੱਜਣ ਆਓ ਪਿੰਡ ਦੇ ਜੱਫੀਆਂ ਪਾ ਕੇ, ਰਾਜੇ ਕਹਿੰਦੇ ਸੱਜੇ ਸੱਜਣ ਮਿਲਦੇ ਆ ਜੱਫੀਆਂ। ਉਹਦਾ ਵੀ ਬਹੁਤ ਬੜਾ ਧੰਨਵਾਦ, ਗੱਲਾਂ ਬਾਤਾਂ ਤੇ ਵੱਡੀਆਂ ਨੇ ਨਾਲ ਕਹਿੰਦੇ ਢਿੱਲੋਆਂ ਦਾ ਮੁੰਡਾ ਪ੍ਰੀਤ ਜੁੜਿਆ ਮੇਰੇ ਮਿੱਤਰੋ, ਢਿੱਲੋਆਂ ਦੀ ਧਰਤੀ ਦਾ ਜ਼ਿੰਦਗੀ ਦਾ ਬੜਾ ਪਿਆਰਾ ਵੀਰ ਆ, ਗੱਲਾਂ ਬਾਤਾਂ 2012-13 ਤੋਂ ਆ ਕਹਿੰਦੇ ਨਾਲ ਜੁੜੀਆਂ ਹੋਈਆਂ ਖੇਡ ਗ੍ਰਾਊਂਡ ਦੇ ਅੰਦਰ, ਉਹ ਬਚਪਨ ਵਾਲੇ ਯਾਰ ਵੀ ਜੁੜੇ ਆ ਖੇਡ ਦੇ ਗ੍ਰਾਊਂਡਾਂ ਦੇ ਵਿੱਚ, ਪਰ ਸਾਨੂੰ ਦੇਖ ਲੱਗਦਾ ਹੋਇਆ ਚੋਰ ਵੀ ਚੋਰ ਤੇ ਜਵਾਨੀ ਹੁੰਦੇ, ਆਹ ਉਮਰਾਂ ਦਾ ਖੇਡ ਬਈ ਇਹਦੇ ਵਿੱਚ ਹੁੰਦਾ ਯਾਰ, ਉਹ ਸਾਨਾ ਵਾਲੇ ਭੇੜ ਬਈ ਸਾਨੇ ਵਾਲੇ ਭੇੜ ਦੀਆਂ ਗੱਲਾਂ ਨਹੀਂ ਲਓ। ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦੀ ਆ ਸਾਡੇ ਬਾਈ ਜੀ ਗੁਰਮੀਤ ਦੇ, ਗੁਰਮੀਤ ਬਾਈ ਇਕੱਲੇ ਨਹੀਂ ਤੇ ਆਪਣੀ ਉਸ ਗੱਲਾਂ ਤੋਂ ਨਹੀਂ, ਇਹ ਇਹੋ ਜਿਹੇ ਪਿਆਰੇ ਇਨਸਾਨ ਹੈ ਜਿਨ੍ਹਾਂ ਨੇ ਵਾਲੀਬਾਲ ਨੂੰ ਬਹੁਤ ਉੱਪਰ ਚੱਕਿਆ ਸਾਡੇ ਅੱਠਾਂ ਪਿੰਡਾਂ ਦੇ ਵਿੱਚ, ਸਾਰੀਆਂ ਟੀਮਾਂ ਨੂੰ ਮਦਦ ਕੀਤੀ ਹੈ ਕਿੱਟਾਂ ਦੇ ਵਿੱਚ, ਲਾਈਟਾਂ ਵਾਲੋ ਹੋਰ ਕਿਸੇ ਹਰੇਕ ਕੋਰਨਰ ਤੋਂ ਬਹੁਤ ਬਾਈ ਜੀ ਨੇ ਮਦਦ ਕੀਤੀ ਹੈ, ਅਸੀਂ ਇਹਨਾਂ ਦੇਣ ਨਹੀਂ ਦੇ ਸਕਦੇ, ਬਾਈ ਜੀ ਇਹੀ ਦੇਣ ਹੈ ਵਾਲੀਬਾਲ ਨੂੰ ਸਾਡੇ ਪਿੰਡਾਂ ਦੇ ਵਿੱਚ ਵੀ ਅਸੀਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਆਪਣੇ ਗੁਣਾਂ ਦੇ ਨਾਲ, ਬਾਕੀ ਤੂੰ ਡਿਫਾਈਨ ਕਰ ਸਕਦੇ। ਬਹੁਤ ਬੜਾ ਧੰਨਵਾਦ ਆਪਾਂ ਦੇ ਕਰਦੇ ਹਾਂ, ਬਹੁਤ ਪਿਆਰੀ ਸ਼ਖਸੀਅਤ ਆ ਮੇਰੇ ਮਿੱਤਰੋ ਸਰਦਾਰ ਗੁਰਮੀਤ ਸਿੰਘ ਜੀ ਰੀਡਰ ਸਾਹਿਬ, ਮੈਂ ਜਦੋਂ ਪਹਿਲੀ ਵਾਰੀ ਇਹਨਾਂ ਦੇ ਪਿੰਡ ਬੋਲਣ ਦੇ ਲਈ ਆਇਆ ਤੇ ਉਦੋਂ ਤੇ ਸ਼ੁਰੂਆਤਾਂ ਸੀ ਮਾਸਟਰ ਜੀ, ਪਰ ਅੱਜ ਵੀ ਬਾਬੇ ਦੀ ਕਿਰਪਾ ਪੂਰੀ ਹੈ ਔਰ ਅੱਜ ਵੀ ਹਮੇਸ਼ਾ ਨਾਲ ਖੜੇ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਹਰ ਸਾਲ ਮੇਲਾ ਹੁੰਦਾ ਹੈ ਤੇ ਹਰ ਸਾਲ ਜਿਹੜੇ ਸੱਦਾ ਪੱਤਰ ਲਾਉਂਦੇ ਆ, ਮੈਂ ਤੇ ਦਿਲੋਂ ਧੰਨਵਾਦ ਕਰਦਾ, ਵੱਡਾ ਧੰਨਵਾਦ ਆ ਜਿੰਨਾ ਵੀ ਸੋਚਿਆ ਤੇ ਵਾਲੀਬਾਲ ਦੀ ਤਰੱਕੀ ਲਈ ਸੋਚਿਆ, ਤਕਰੀਬਨ ਇਹਨਾਂ ਪਿੰਡਾਂ ਦੇ ਤਕਰੀਬਨ ਮੈਨੂੰ ਲੱਗਦਾ ਵੀ ਹੈ 200-250 ਪਲੇਅਰ ਜਿਹੜੇ ਵੱਡੇ ਮਾਨ ਸਨਮਾਨ ਜਿਹੜੇ ਕੀਤੇ ਗਏ ਹੁਣ ਕਿੰਨੇ ਵੱਡੇ ਮਾਣ ਵਾਲੀ ਗੱਲ ਹੈ। ਔਰ ਇੱਕ ਗੱਲ ਹੋਰ ਹੈ ਵੀ ਇਹਨਾਂ ਪਿੰਡਾਂ ਦੇ ਵਿੱਚ ਜੇ ਵਾਲੀਬਾਲ ਹੁਣ ਖੇਡਦੇ ਆ ਸਾਰੇ ਪਿੰਡ ਦੇ, ਸਾਡੇ ਗੁਰਵੀਰ ਸਿੰਘ ਜੀ ਰੀਡਰ ਦਾ ਵੱਡਾ ਯੋਗਦਾਨ ਹੈ ਕਿਉਂਕਿ ਹਫ਼ਤਾਵਾਰੀ ਲੀਗ ਜਿਹੜੀ ਚੱਲਦੀਆਂ ਦੀ ਧਰਤੀ ਤੇ ਹੁੰਦੀ ਹੈ। ਮੈਂ ਤੇ ਦਿਲੋਂ ਧੰਨਵਾਦ ਕਰਦਾ ਸਾਡੇ ਰੀਡਰ ਸਾਹਿਬ ਦਾ ਜਿਨ੍ਹਾਂ ਨੇ ਅੱਜ ਦੇ ਇਸ ਖੇਡ ਟੂਰਨਾਮੈਂਟ ਵਿੱਚ ਪੁੱਜ ਕੇ ਵੱਡੀ ਰੌਣਕ ਲਾਈ ਹੈ। ਨਾਲ ਸਾਹਮਣੇ ਫਾਈਨਲ ਮੈਚ ਹੈ, ਟੀਮਾਂ ਦੋਨੋਂ ਚੰਗੀਆਂ ਨੇ, ਇੱਕ ਪਾਸੇ ਮੁੰਡੇ ਕਹਿੰਦੇ ਹਰ ਰਾਏਪੁਰ ਵਾਲਿਆ ਗੁਆਂਢੀ ਪਿੰਡ ਹੈ,
आप मुंडे जी कहते मेरे मित्रो एन कहते गल बातियां ने कद्दू खेड़ा करवाइए सतुबर ने पर बाजो जे आप मैच जित गए कई दिन चलना भी मुंडिया ने कमाल कर दिखती है वड्डिया टीमां हरा गए मुंडिया ने अमरगढ़ का मेला जितया है आओ पोस्टा पहन गिया खेड के मैदान जगे वर्गे जशन वर्गे पांच वर्गे मुंडे बड़े फिट है फाइनल मैच खेडा जा रहा है आओ बल्ले 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 आओ बल्ले 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 कमाल करती है उधर बंटी सरपंच भरा साडा कहना भी जसिया सिंगल हैंड की स्मैश दुनिया मन करती है आओ बजनी चाहिदी है ते फिर जाके कितने सुरखियां पटोरियां जानियां है मैदान के अंदर लाल किले बरनाले की शान है मुंडा खेड के ग्राउंड के अंदर मैं चोटी का भी मोटर मीटर नहीं आओ चल बरनाले चलिए कि भाड़ा नहीं लगना तू सीट उत्ते बह जी बलिए पर सामने एक फिर गलती कर दी है मुंडे ने जैसे की स्कोर चार ते दो इधर चार ते दो दी टक्कर इधर चार नंबर जेड़े ਉਹ ਮੇਰੇ ਮਿੱਤਰੋ ਗਰਾਊਂਡ ਦੇ ਵਿੱਚ ਮੈਂ ਦੇਖਦਾ ਵੀ ਹਰ ਰਾਏਪੁਰ ਵਾਲੇ ਮੁੰਡਿਆਂ ਦੇ ਹੈ ਤੇ ਨਾਲ ਦੋ ਨੰਬਰ ਜਿਹੜੇ ਉਹ ਤਾਨੇ ਵਾਲੇ ਪਿੰਡ ਦੇ ਮੁੰਡਿਆਂ ਦੇ ਹੈ ਕਿਹੜੇ ਗਰਾਊਂਡ ਦੇ ਅੰਦਰ ਮੁੰਡਾ ਸਿੱਖ ਸਰਦਾਰ ਸਾਹਮਣੇ ਤਿਆਰ ਬਰ ਤਿਆਰ ਹੈ ਵੀ ਕਦੋਂ ਕਿੱਥੇ ਪਹਿਲੀ ਵਾਰੀ ਉੱਤੇ ਅੱਜ ਹਾਜ਼ਰ ਚੂਤ ਜਿਹੜੇ ਭਾਈ ਕਿੱਥੋਂ ਦਾ ਰਵਾਜ਼ ਤੇ ਵਿਸਤਾਰ ਨਾਲ ਦੱਸਿਓ ਪਿਆਰੇ ਬੱਚੇ ਹੋ ਆਹ ਕੋਰਸ ਨੂੰ ਕਿਹੜੀ ਗੱਲੋਂ ਮਾਸੀ ਭੁੱਲ ਗਈ ਖੌਰੇ ਕਿਹੜੇ ਰਾਜਿਆਂ ਦੇ ਆਓ ਰੱਟੇ ਮਰਵਾਤੇ ਅੱਜ ਦੇ ਜਵਾਕਾਂ ਨੂੰ 84 ਭੁੱਲ ਗਈ ਗੱਲਾਂ ਚੱਲਦੀਆਂ ਨੇ 5 ਤੇ 2 ਦੀ ਟੱਕਰ ਹੈ ਮੈਦਾਨ ਦੇ ਅੰਦਰ ਹਰ ਰਾਏਪੁਰ ਪਿੰਡ ਗਵਾਂਢੀ ਪਿੰਡ ਹੈ ਨਾਲ ਮੈਂ ਵੇਖਦਾ ਵੀ ਟੀਮ ਜਿਹੜੀ ਸ੍ਰੀ ਮੁਕਤਸਰ ਸਾਹਿਬ ਦੀ ਮੇਰੇ ਮਿੱਤਰੋ 40 ਮੁਕਤਿਆਂ ਦੀ ਧਰਤੀ ਤੋਂ ਮੁੰਡੇ ਚੱਲ ਕੇ ਆਏ ਆ ਗੱਲਾਂ ਖਿਦਰਾਣੇ ਦੀ ਢਾਲਦੀਆਂ ਪਰ ਸਾਹਮਣੇ ਮੈਂ ਵੇਖਦਾ ਵੀ ਆਹ ਮੁੰਡੇ ਪੱਲੇ ਪੱਲੇ ਕਰਾਈ ਆਉਂਦੇ ਆ ਖੇਡਦੇ ਗਰਾਊਂਡ ਦੇ ਅੰਦਰ ਵੀ ਚੜ੍ਹਦੀ ਜਵਾਨੀ ਆਓ ਮੁੱਚ ਫੁੱਟ ਗੱਭਰੂ ਲਾਲਾ ਪਾਲਾ ਮੇਲੇ ਲੈਂਦੇ ਲੁੱਟ ਗੱਭਰੂ 6 ਤੇ 2 ਦੀ ਟੱਕਰ ਆ ਫਾਈਨਲ ਮੈਚ ਰਾਜਾ ਮਹਾਰਾਜਾ ਦਾ ਮੇਰੇ ਮਿੱਤਰੋ ਵੰਸ਼ ਹੈ ਤੇ ਦੁਨੀਆ ਪਿਆਰ ਕਰਦੀ ਹੈ ਢਿੱਲੋਂ ਪਰਿਵਾਰ ਨੇ ਕਹਿੰਦੇ ਦਿੱਲੀ ਦੇ ਉੱਤੇ 400 ਸਾਲ ਰਾਜ ਕੀਤਾ ਤੇ ਦਿੱਲੀ ਦਾ ਪੁਰਾਣਾ ਨਾਂ ਵੀ ਢਿੱਲੋਂ ਸੀ ਤੇ ਢਿੱਲੋਂ ਤੋਂ ਵਿਗੜ ਕੇ ਦਿੱਲੀ ਬਣਿਆ ਹਰਿਆਣਾ ਇਹ ਵੀ ਦੁਨੀਆ ਜਿਹੜਾ ਇਸ ਗੱਲ ਦੀ ਗਵਾਹੀ ਭਰਦੀ ਆ ਇਤਿਹਾਸ ਗਵਾਹ ਇਹਨਾਂ ਗੱਲਾਂ ਦਾ ਪਰ ਸਾਹਮਣੇ ਦੇਖ ਉਹ ਪੱਲੇ 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 ਸਵਾਦ ਜਿਹੜਾ ਚੱਲਦੇ ਹੋਏ ਮੈਚ ਦਾ ਗਰਾਊਂਡ ਦੇ ਅੰਦਰ ਆਹ ਮੁੰਡੇ ਖੇਡ ਰਹੇ ਆ ਖੇਡ ਮੈਦਾਨ ਦੇ ਵਿੱਚ ਪਰ ਆਹ ਤਾਊ ਆ ਬਈ ਯਾਰ ਬਾਈ ਆਪਣੇ ਇਲਾਕੇ ਦਾ ਬਹੁਤ ਤਗੜਿਆ ਸਮੈਸਾ ਮਾਰੀ ਆਉਂਦਾ ਮੁੰਡਾ ਯਾਰ ਤਾਊ ਹਰਾਏ ਪਰ ਬਹੁਤ ਤਗੜਾ ਖੇਡ ਲਾਉਂਦਾ ਯਾਰ ਐਂਡ ਗੱਲਬਾਤ ਗਰਾਊਂਡ ਦੇ ਅੰਦਰ ਹੁੰਦਾ ਕਹਿੰਦੇ ਸੁਪਰ ਸਟਾਰ ਹੈ ਖੇਡ ਦੇ ਮੈਦਾਨਾਂ ਦੇ ਵਿੱਚ ਵੀ ਸਾਡੇ ਵਾਲੇ ਦਿਲ ਵਿੱਚ ਆਓ ਰੱਖੀ ਨਾ ਭੁਲੇਖਾ ਰੋਲ ਦਿੰਦੇ ਅਸੀਂ ਇੱਥੇ ਖਰੇ ਤੋਂ ਖਰੇ ਬਰਾੜ ਸਾਹਿਬ ਕੀ ਗੱਲ ਹੋ ਜੀ ਗੱਡੀਆਂ ਫਿੱਟ ਨਹੀਂ ਲੱਗਦੀਆਂ ਨੌਜਵਾਨਾਂ ਫਾਈਨਲ ਮੈਚ ਹੈ ਆਓ ਪੱਲੇ ਪੱਲੇ ਤੇ ਕਰਾਉਣੀ ਪੈਣੀ ਹੈ ਸੱਜਣਾ ਮਤਲਬ ਵੀ 6 ਤੇ 2 ਦੀ ਟੱਕਰ 2 ਤੇ 6 2 6 ਜਸ਼ਨ ਚੋਬਰ ਕੱਦੂ ਖੇਡ ਵਾਲਾ ਛੋਟੀ ਉਮਰ ਦੇ ਵਿੱਚ ਕਦੇ ਵੱਡੀਆਂ ਪਲਾਂਗਾ ਪੱਟ ਰਿਹਾ ਚੋਬਰ ਵੀ ਕਿਉਂ ਆਪਣੇ ਮੱਥੇ ਤੋਂ ਸਾਧੂ ਨਾਜ ਨਹੀਂ ਹੁੰਦਾ ਕਿਉਂ ਨਫ਼ਰਤ ਦਾ ਕੋਈ ਦਵਾ ਇਲਾਜ ਨਹੀਂ ਹੁੰਦਾ ਤੇ ਟੌਰ ਕਿਸੇ ਦੀ ਵੇਖ ਵੇਖ ਕੇ ਖਿੱਚਦੇ ਨਹੀਂ ਹੁੰਦੇ ਆ ਬਈ ਸੂਰਜ ਕਦੇ ਵੀ ਤਣੀਆਂ ਦੇ ਵਿੱਚ ਆਓ ਭਿੱਜਦੇ ਨਹੀਂ ਚਾਸੇ ਹੋ ਗਏ ਵੀਰੇ ਸੂਰਜ ਕਦੇ ਵੀ ਤਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ ਆ ਇਹ ਆ ਕੰਦੂ ਖੇੜੇ ਵਾਲਾ ਜਸ਼ਨਾ ਮੇਰੇ ਮਿੱਤਰੋ ਹੋਰ ਕਹਿੰਦੇ ਵੱਡਾ ਫਰਕ ਆ ਪੜ੍ਹਾਈ ਦਾ ਵੀ ਆ 15,000 ਤੇ 9,100 ਰੁਪਏ ਦਿੱਤੇ ਜਾਣਗੇ ਔਰ ਪੈਦ ਸ਼ੂਟਰ ਦੇ ਵੀ ਵੱਡਾ ਮਾਣ ਹੋਵੇਗਾ ਖੇਡ ਦੇ ਮੈਦਾਨ ਦੇ ਵਿੱਚ 4-6 ਹੋ ਗਏ ਨਾ ਪੁਆਇੰਟ ਵੀਰੇ 4-6 ਇੱਧਰ 7 ਆਈ 4-7 ਦੀ ਟੱਕਰ ਤਾਂ ਜੀ ਔਰ 4 ਦੇ ਕਹਿੰਦੇ 7 ਦੀ ਟੱਕਰ ਜਿਹੜੀ ਖੇਡ ਦੇ ਗਰਾਊਂਡ ਦੇ ਅੰਦਰ ਨੌਜਵਾਨਾਂ ਲਾ ਮੁੰਡਾ ਸਾਹਮਣੇ ਸਰਵਿਸ ਕਰਨ ਦੇ ਲਈ ਗੱਭਰੂ ਤਿਆਰ ਬਾਰ ਤਿਆਰ ਹੈ
उधर चार ते सात नंबर नौजवान जिन्हें वीर साडे लाइव जुड़े आ ओ तगड़ी बाल यार मुंडे उधर पिंडरिया परार पिंडरी परार साडा वीरा आकलिए वाला बसदा कनेडा दे विच ओ भरा ने आ तीन बाला जड़ियां लातियां तो उपर ने ते इना बाला तो खुश होके 500 दा मान कर दिता है लावी बड़े मान दे 500 दे बड़े मान सम्मान किए गए ने बाल जड़ी आउट है खेड दे मैदान च एक बाल जे होर आउट मार गया ते जसने कट्टे जाणगे पैसे खेड दे मैदान च 6-5-4 रेशम किथे है जी रेशम 6-5 ठीक है जी ओके कमान कर दी है लावी बराबर बोली चल माड़ा गरलाल बोली चलो माड़ा भाई गाने ना चलाओ जी okay, okay. बहुत बड़ा धन्यवाद है साडी जिंदगी दा बहुत प्यारा वीर है भरा ने जानकारी दे विच वादा कीता इस क्लब दा मेरे मित्रों साबका प्रधान सी भाई मणि बराड ओ वीर इस दुनिया दे ते नहीं रहा भाइयों ने भी याद नूं ताजा कीता है क्योंकि याद दे विच भाइयों ने मेला करवाया ते भाई कहिंदा वी मेला क्लियर होया बड़ा प्यार रखा मुंडिया ने मेरे मित्रों अज भी भरा को याद किया भरा भरावान दावा हो करते हैं ये कोई शक नहीं मेरे मित्रों ग्राउंडा ने अंदर मैं चोटी का खेला जा रहा खेल ग्राउंड के अंदर भी लाल से खातर लोग बजाते सही है बहुत सिरा करी आंदा जमा मुंडा यार चैना वांगू किसे दी कोई गारंटी नहीं भी मेले में चैना वांगू किसे दी कोई गारंटी नहीं झूठ नहीं लगी जो जे व्यापारी हो लट जांदा भी ढलवा रीढ़ दी हड्डी टूट ठीक है ठीक है बहुत कोई अपना छड जांदा रीढ़ दी हड्डी टूट जे भी जद कोई अपना छड जांदा इधरले पासे सैदा पीन रे लावी बब्बू 9 ते 6 आ पॉइंट रे 5 9 ते 5 दी 9 नंबर ने हर रायपुर दी टीम दे अद्दवान दा फर्क है और 5 नंबर जेड़े मैं देखना खेलदे मैदान दे विच दानियां दी टीम दे है जगते होना दी टीम दे जग्गे वर्गे दे है बाज होना दे मेरे मित्रों 5 पॉइंट दा जशन वर्गे खेलदे है बाल आउट और नंबर जेड़ा 10वां दी है हर रायपुर दी टीम दे खाते विच जान जुड़ गया है बड़ा तावड़ा मुकाबला जेड़ा दोनों टीमों के दरमियान ओ खेला जा रहा है मेरे मित्रों खेल दे मैदान पर सबो जेड़ी कर दी है आओ जिला कदे बरनाला हर रायपुर दे कने इधर दे पासे टबोने ट्राई कीती है टीमां दोनों बड़ियां टापरियां बड़ियां होईयां ने है बराबरी दे मैच है पर सामने गलती हो गई है और सफलता जेड़ी है खेल दे मैदान दे बाजी दी टीम दे खाते विच जा जुड़ गई है लाओ सामने ग्राउंड के अंदर मेरे मित्रों दानियाल दा मैच फाइनल मैच है और नाल मैं वेखदा भी टीम जिहड़ी ओ हर रायपुर पिंड दी है एक सिरे दी टक्कर जिहड़ी ग्राउंड के अंदर खेडी जा रही है और दुनिया के बड़े बड़े मल
अज इस धरती के उत्ते पुजे मित्रों फाइनल मैच खेडा जा रहा खेडते ग्राउंड के अंदर भी हुण मनसूबे नेक ते बंदा की नहीं कर सकता आओ काको वाली बूंद बूंद नाल साकर भर सकता उस टाटे दे लड़ लग के बेड़ी तरती हुंदी आ भी तुड़का तुड़का करके गुटी आओ चढ़ती हुंदी आ बुद्ध सिंह बाजवा कनेडा साडी जिंदगी दा रंगला सजना ते भरा साडा लाइव जुड़िया दिलों धन्नवाद आ साडे वीर दा रहिंदा विच विदेशां दे ते गल्लां बातां वड्डियां ने जदों भी सोचदा साडा वीर ते वालीबाल दी तरक्की बारे सोचदा लै सरदारा कोई नंबर तां जोड़े ते नौजवाना दुनिया ने ओ आप ताड़ियां मारनियां ग्राउंड दे अंदर मेरे मित्र मैं ते चोटी दा खेडा जा रहा खेडदे ग्राउंड दे अंदर लाओ गल्लां बातां ते किहड़े वड्डियां ने मैदान दे अंदर मुंडे ताले वाले पिंड दे भी चंगे खेडदे आ और कंदू खेड़े वाले मुंडे ने मेरे मित्रों कमाल दा प्रदर्शन कीता है लै वी जशनिया एक पॉइंट मेरे हिसाब नाल 9-5 ने वीरे 9 जस्से दे 5 दानियाल दे बाकी करदे आ पता वीरे वड्डी ਤੇ ਪੰਜਾਬ ਦੀ ਆ ਚੋਪਰ ਦੀ ਆ ਵੀ ਮਿਹਨਤ ਪੁੱਠੀ ਦੇ ਵਿੱਚ ਗੁੰਦੀ ਆ ਮਸਲ ਨਹੀਂ ਬਣਦੇ ਖਾ ਕੇ ਬੁੰਦੀ ਆ ਛੋਲੇ ਚੱਪੇ ਪਾ ਵਿੱਚ ਕੂੰਡੀ ਤੇ ਛਾਤੀ ਆ ਦਿਨ ਦੇ ਫੀਤੇ ਨਾ ਆਓ ਜੱਟ ਦੇ ਜੋਰ ਨੂੰ ਕਿਹੜਾ ਬੰਦੇ ਜੇ ਬਾਹਰ ਕਰਾਉਂਦੋ ਕੀਤੇ ਨਾ ਜੱਟ ਦੇ ਜੋਰ ਨੂੰ ਕਿਹੜਾ ਬੰਦੇ ਆ ਜੇ ਬਾਹਰ ਕਰਾਉਂਦੋ ਕੀਤੇ ਨਾ ਨੰਬਰ ਇੱਕ ਹੋਰ ਦਾਨਿਆਂ ਦੀ ਟੀਮ ਦੇ ਖਾਤੇ ਵਿੱਚ ਜਾ ਜੁੜ ਗਿਆ ਮੈਚ ਟਾਪ ਦਾ ਉਧਰ ਐਨ ਆਰ ਆਈ ਭਰਾ ਸਾਡੇ ਲਾਈਵ ਤੱਕਦੇ ਨੇ ਬੁੱਧ ਸਿੰਘ ਬਾਜਵਾ ਬਸਦਾ ਕਨੇਡਾ ਦੇ ਵਿੱਚ ਉਹ ਭਰਾ ਵੀ ਸਾਡਾ ਵੀਰ ਹਮੇਸ਼ਾ ਮਾਣ ਕਰ ਦਿੰਦਾ ਖਿਡਾਰੀਆਂ ਦੇ ਮੈਚ ਟਾਪ ਦੇ ਆ ਔਰ ਸਾਹਮਣੇ ਜਿਹੜੇ ਆਸੇ ਪਾਸੇ ਭਰਾ ਬੈਠੇ ਆ ਕੱਲੇ ਕੱਲੇ ਵੀਰ ਦਾ ਮੈਂ ਦਿਲੋਂ ਧੰਨਵਾਦ ਕਰਦਾ ਟੀਮਾਂ ਚੰਗੀਆਂ ਨੇ ਹਾਂਜੀ ਗੁਰਾਂ ਦੇ ਲਾਲ ਜੀ ਲਾਓ ਟੀਮਾਂ ਜਿਹੜੀਆਂ ਚੰਗੀਆਂ ਨੇ ਨਾਇਆਨਾ ਗਰਾਊਂਡ ਦੇ ਅੰਦਰ ਮਾਸਟਰ ਦੀ ਫਿੰਟਾ ਸਾਡੇ ਵੀਰ ਨੇ ਨਾਲ ਰੇਸ਼ਮ ਵਰਗੇ ਕਾਲੇ ਵਰਗੇ ਔਰ ਭਰਾਵਾਂ ਦਾ ਦਿਲੋਂ ਧੰਨਵਾਦ ਬੜੀ ਪ੍ਰਾਣ ਦੀ ਯਾਦ ਦੇ ਵਿੱਚ ਉਹ ਪੱਟਾ ਮੇਲਾ ਤੇ ਗੱਲਾਂ ਬਾਤਾਂ ਵੱਡੀਆਂ ਨੇ ਖੇਡ ਗਰਾਊਂਡ ਦੇ ਵਿੱਚ ਪਰ ਮੁੰਡੇ ਨੇ ਕਹਿੰਦੇ ਫੇਰ ਗਲਤੀ ਕਰ ਦਿੱਤੀ ਹੈ ਸਕੋਰ ਵਾਲੇ ਵੀਰ ਕੀ ਸਕੋਰ ਆ ਬਾਈ ਦੱਸਦੇ ਛੇ ਦੀ ਟੱਕਰ ਜਿਹੜੀ ਗਰਾਊਂਡ ਦੇ ਅੰਦਰ ਹੈ ਔਰ 17 ਤੇ ਆਪਾਂ ਨਾਇਆਨਾ ਔਰ ਮੁਕਾਬਲਾ ਕਹਿੰਦੇ ਸਿਰੇ ਦਾ ਮੈਂ ਵੇਖਦਾ ਵੀ ਗਰਾਊਂਡ ਦੇ ਅੰਦਰ ਆਓ ਖੇਡਿਆ ਜਾ ਰਿਹਾ ਖੇਡ ਮੈਦਾਨ ਦੇ ਅੰਦਰ ਵੀ ਸੱਸ ਸਹੁਰੇ ਨਣਦਾ ਤੋਂ ਮੈਨੂੰ ਮਿਲਦਾ ਪਿਆਰ ਬਥੇਰਾ ਆਓ ਮਾਹੀ ਮਿਲੇ ਸ਼ਰਾਬੀ ਗਿਆ ਤਾਂ ਨੀ ਭੁੱਲਦਾ ਚੇਤਾ ਤੇਰਾ ਪੂਰੀ ਦੁਨੀਆਂ ਤੋਂ ਪਰਦਾ ਵੇ ਬਸ ਇੱਕ ਤੈਨੂੰ ਦੱਸਦੀ ਆ ਆ ਕਹਿਣੇ ਵੇਖ ਕੇ ਤੇ ਕਾਰ ਦੇ ਕੇ ਕਹਿਤਾ ਕਿ ਮੈਂ ਸੌਖੀ ਵਸਦੀ ਆ ਮੁੰਡੇ ਕਹਿੰਦੇ ਮੇਰੇ ਮਿੱਤਰੋ ਕਮਲ ਵਰਗੇ ਤੇ ਆ ਕਹਿੰਦੇ ਜੱਸਾ ਹੋਰ ਆਏ ਸਰ ਵਾਲਾ ਪਰ ਸਾਹਮਣੇ ਹੁਣ ਤੇ 11 ਤੇ 6 ਦੀ ਟੱਕਰ ਹੈ ਗਰਾਊਂਡ ਦੇ ਅੰਦਰ ਸਿਰੇ ਦਾ ਮੈਚ ਜਿਹੜਾ ਖੇਡਿਆ ਜਾ ਰਿਹਾ ਖੇਡ ਦੇ ਮੈਦਾਨ ਦੇ ਅੰਦਰ ਮੁੰਡਾ ਫਿਰ ਤੋਂ ਸਰਵਿਸ ਕਰਦਾ ਆ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਤਾਊ ਬਹੁਤ ਤਕੜਾ ਖੇਡਿਆ ਕਮਲ ਵਰਗੇ ਮੁੰਡਿਆਂ ਨੇ ਮੱਠਣ ਨੇ ਪ੍ਰਦਰਸ਼ਨ ਚੰਗਾ ਕੀਤਾ ਪਰ ਟੀਮ ਕਹਿੰਦੇ ਤਾਨੇ ਵਾਲੇ ਪਿੰਡ ਦੀ ਵੀ ਅੱਜ ਤੇ ਕਿਸੇ ਕੱਲ ਨਾਲੀ ਆ ਨੌਜਵਾਨਾਂ ਖੇਡਦੇ ਗਰਾਊਂਡ ਦੇ ਅੰਦਰ ਮੈਂ ਤੇ ਚੋਟੀ ਦਾ ਖੇਡਿਆ ਜਾ ਰਿਹਾ ਵੀ ਕੁਝ ਪੰਦੇ ਨਸਲ ਦੇ ਹੁਣ ਅਜਗਰ ਤੇ ਮਾਰ ਕੁੰਡਲੀ ਜਿਹੜਾ ਦੇ ਪਿੱਚ ਬਣਦੇ ਆ ਐਸੇ ਯਾਰਾਂ ਕੋਲੋਂ ਰੱਬ ਹੀ ਬਚਾਵੇ ਚਿੰਦਰਾ ਖਾ ਕੇ ਇੱਕ ਭਾਂਡੇ ਵਿੱਚ ਉਹ ਜੋ ਮਾੜਾ ਕਹਿੰਦੇ ਆ ਕਰਿਆ ਨਾ ਕਰ ਵਿਸ਼ਵਾਸ ਦਿਲਾ ਭੋਲਿਆ ਇੱਥੇ ਯਾਰ ਹੀ ਯਾਰ ਉੱਤੇ ਉਹ ਪਾਉਣ ਟੁੱਟੇ ਨੀ ਚੈੱਕ ਬਦਲਿਆ ਤਾਰ ਮੈਸੇਜ ਤਾਂ ਆਇਆ ਨੀ ਗਾਣੇ ਵੀਰੇ ਮੈਨੂੰ ਕੋਈ ਗੱਲ ਨੀ ਯਾਰੀ ਟੁੱਟੀ ਮੋਹ ਸਾਹ ਦੇ ਵੇਖੇ ਇਹ ਆ ਤਾਉ ਹਰੈਪੁਰ ਕੌਣ ਜਾਣਗੇ ਕੋਈ ਚੱਕਰ ਨੀ ਗਾਗਣ ਵੀਰੇ ਤੇਜ ਹੋ ਗਿਆ ਯਾਰੀ ਟੁੱਟੀ ਤੋਂ ਸੁਣਾਉਂਦੇ ਵੇਖੇ ਕਈ ਵਾਰ ਮੈਸੇਜ ਨਹੀਂ ਵੀ ਆਉਂਦਾ ਕਈ ਵਾਰ ਆ ਜਾਂਦਾ ਬਾਈ ਕੋਈ ਚੱਕਰ ਨਾ ਮੰਨੋ ਇੰਨੀ ਟੈਨਸ਼ਨ ਨਾ ਲਓ ਗਗਨ ਵੀਰੇ ਕੋਈ ਚੱਕਰ ਨਹੀਂ ਤੁਹਾਡੇ 1100 ਮੇਰੇ ਕੋਲ ਪਹੁੰਚ ਗਏ ਮੰਨੋ ਬਸ ਆਹ ਮੁੰਡੇ ਪੱਲੇ ਬੱਲੇ ਕਰਾਈ ਜਾਂਦੇ ਆ ਕਮਲ ਹੁਣੀ ਮੁੰਡੇ ਪ੍ਰਾਣਾ ਹੋਏ ਆ ਖੇਡ ਗਰਾਊਂਡ ਦੇ ਵਿੱਚ ਮੇਰੇ ਮਿੱਤਰੋ ਪ੍ਰਾਣਾ ਤੇ ਸਿੰਧੂਆਂ ਦਾ ਇਤਿਹਾਸ ਬਣਾ ਪਰ ਸਾਹਮਣੇ ਆ ਮੁੰਡਾ ਗੱਲਾਂ ਦਾ ਵੀ ਤੂੰ ਪਾਜ ਨੂੰ ਨਹੀਂ ਜਾਣਦੀ ਤੂੰ ਇਲ ਨੂੰ ਨਹੀਂ ਜਾਣਦੀ ਆ ਪੱਟੀਏ ਮਜ਼ਾਕ ਨੇ ਤੂੰ ਕੋਈ ਸ਼ੱਕ ਨਹੀਂ ਕਰਾ ਕੇ ਚਹਿਲ ਵੀ ਬੱਲੇ ਬੱਲੇ ਗਿਆ ਨੌਜਵਾਨ ਗਗਨ ਸ਼ਰਮਾ ਸਾਡਾ ਵੀਰ ਆ ਉਹ ਭਰਾ ਵੀ ਲਾਈਵ ਜਿਹੜਾ ਵੀਰ ਦੇ ਲਈ ਤਮਾਮਾ ਨੇ ਬਾਈ ਕਹਿੰਦੇ ਲਾਈਵ ਜੁੜੇ ਅੱਜ ਦੇ ਸਬੱਡੇ ਮੇਲੇ ਦੇ ਉੱਤੇ
आ मेरे मित्रों अमरगढ़ की धरती है, भागा वाली धरती है और गल्लां बातां चलदियां ने मेरे मित्रों। बाकी यह ना आप कह दिए भी इस धरती से महाविद्यालय का जी शुरुआत हुई है नौजवाना बड़े गुरुआ पीर ने इस धरती से चरण पाए है और आप कह दिए भी रंग भागे इसे करके लगे हैं। गल्लां बातां ते बड़ियां ने, बड़े मेहनती इंसान ने इस नगर के लोग और बड़ी मेरे मित्र तनदेही के नाल आप कह दिए भी गुरु घर के श्रद्धा रखते हैं पर सामने अच्छे रख पल्ले बल्ले इलाके दे कहिंदे पिंडा कदे ब्रयाम खेड़ी कदे ब्रयाम खेड़ा पिंड बड़ा प्रसिद्ध है। ये कहिंदे चांगली दा बिंद है। गल्लां बातां वड्डियां ने, मैनूं लगदा वी जदों मैप बनाउणा होगा ना ते मुंडिया तैनूं जरूर बुलाया होणा उहनां ने वी पंजाब दा मैप ते आपां कल्ले चांगली दे बिंद नूं कह देणे आ इहने बना देणा नौजवाना और पापे दी कृपा मेरे मित्रों चांगली दे वरिंदर दे उत्ते और जिहड़ा ओए होए करदा इन्हां ग्राउंडां दे विच पर सामने देख मुंडा कहौड़ा साठ बरै कहौड़ा साठ उधर कहिंदे सुख कल्याण साडा वीर ओह वी लाई जुड़िया पर मैनूं लगदा भाई यार लास्ट नंबर आ गया जी इधरों लास्ट पॉइंट आ गया जी हरायपुर दा लास्ट पॉइंट मेरे ख्याल नाल लास्ट नंबर है जित चुकी है हरायपुर की टीम। फर्स्ट हरायपुर, सेकंड दाने वाला। बहुत तगड़ा खेडे बई हरायपुर वाले, खास करके ताऊ नूं बहुत मुबारकां, बहुत तगड़ा खेडिया।